ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਸਭ ਤੋਂ ਪਹਿਲੀ ਗੱਲ, ਅੱਜ ਦੀ ਵੀਡੀਓ ਹੋਊਗੀ ਹਿੰਦੀ ਵਿੱਚ, ਬਿਕੋਜ਼ ਬਹੁਤ ਜਾਣੇ ਐਵੇਂ ਦੇ ਵਿਊਵਰ ਆ ਜਿਹੜੇ ਹਿੰਦੀ ਸੁਣਨਾ ਪਸੰਦ ਕਰਦੇ ਆ ਜਾਂ ਖਾਲੀ ਹਿੰਦੀ ਹੀ ਜਾਣਦੇ ਆ, ਅਤੇ ਆਪਾਂ ਵੀਡੀਓਜ਼ ਤਾਂ ਪੋਸਟ ਕਰੀ ਦੀਆਂ ਜੀ ਹਰ ਇੱਕ ਦੀ ਹੈਲਪ ਹੋ ਜੇ, ਅਤੇ ਇਸ ਕਰਕੇ ਜੀ ਅੱਜ ਦੀ ਵੀਡੀਓ ਹਿੰਦੀ ਵਿੱਚ ਹੀ ਹੋਊਗੀ। ਅਤੇ ਕਰਦੇ ਹਾਂ ਜੀ ਸ਼ੁਰੂ। ਤੋ ਜੀ, ਸਭ ਸੇ ਪਹਿਲੀ ਬਾਤ, ਜੈਸੇ ਕਿ ਮੇਰੇ ਕੋਲ ਬਹੁਤ ਸਾਰੇ ਕਮੈਂਟ ਆ ਰਹੇ ਥੇ ਕਿ ਭਾਈ ਆਪ ਆਪਣੇ ਘਰ ਕੀ ਵੀਡੀਓ ਬਣਾਓ, ਆਪ ਆਪਣੇ ਰੂਮ ਕੀ ਵੀਡੀਓ ਬਣਾਓ, ਰੂਮ ਕੈਸਾ ਹੈ ਔਰ ਆਪਣੇ ਘਰ ਕੈਸੇ ਲਿਆ ਹੈ। ਤੋ ਆਜ ਉਨ ਸਭ ਚੀਜ਼ੋਂ ਕੇ ਬਾਰੇ ਮੇਂ ਬਾਤ ਕਰਨੀ ਹੈ ਮੇਰੇ ਕੋ, ਔਰ ਰੂਮ ਕਾ ਰੈਂਟ ਕਿਤਨਾ ਹੋਤਾ ਹੈ ਔਰ ਕਿਆ ਕਿਆ ਪ੍ਰੋਸੈਸ ਹੋਤੀ ਹੈ ਉਸਕੇ ਬਾਰੇ ਮੇਂ ਬਾਤ ਕਰੇਂਗੇ। ਤੋ ਜੀ, ਸਭ ਸੇ ਪਹਿਲੇ ਸਟਾਰਟ ਕਰਤੇ ਹੈ ਰੂਮ ਟੂਰ। ਤੋ ਯੇ ਹਮਾਰਾ ਰੂਮ ਹੈ, ਇਸਮੇਂ ਹਮ ਲੋਗ ਦੋ ਲੋਗ ਰਹਿਤੇ ਹੈ ਔਰ ਸ਼ੇਅਰ ਕਰ ਰਹੇ ਹੈ। ਅਗਰ ਸ਼ੇਅਰ ਕਰੇਂਗੇ ਤੋ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਸ਼ੇਅਰਿੰਗ ਮੇਂ ਪੈਸਾ ਕਮ ਪੜਤਾ ਹੈ। ਜੈਸੇ ਕਿ ਹਮ ਲੋਗ ਹੋਸਟਲ ਮੇਂ ਰਹਿ ਰਹੇ ਹੈ, ਕਿਉਂਕਿ ਅਗਰ ਘਰ ਲੈਣਾ ਹੈ ਤੋ ਕਮ ਸੇ ਕਮ ਤਿੰਨ ਚਾਰ ਲੋਗ ਹੋਣੇ ਚਾਹੀਏ, ਜਿਸਸੇ ਯੇ ਕਿ ਚਾਰ ਲੋਗੋ ਮੇਂ ਖਰਚਾ ਬਟ ਜਾਏ, ਕਿਉਂਕਿ ਸਟਾਰਟਿੰਗ ਮੇਂ ਆਤੇ ਟਾਈਮ ਹਮ ਲੋਗੋ ਕੇ ਪਾਸ ਜੋਬਸ ਹੋਤੀ ਨਹੀਂ ਹੈ, ਤੋ ਇਸ ਲਈ ਕਮ ਸੇ ਕਮ ਖਰਚਾ ਕਰਨਾ ਹੈ। ਤੋ ਜੀ, ਯੇ ਹਮਾਰਾ ਡੋਰ, ਇਧਰ ਸੇ ਐਂਟਰ ਹੋਤੇ ਹੈ, ਯੇ ਫੈਨ ਦੀਆ ਹੁਆ ਇਨ ਲੋਗੋ ਨੇ ਔਰ ਯੇ ਇੱਕ ਰੈਕ ਹੈ ਜਿਸਮੇਂ ਹਮ ਆਪਣਾ ਸਾਮਾਨ ਵਗੈਰਾ ਰੱਖਤੇ ਹੈ ਔਰ ਯੇ ਇੱਕ ਬੈੱਡ ਹੈ, ਇੱਕ ਬੰਦਾ ਨੀਚੇ ਸੋਤਾ ਹੈ, ਇੱਕ ਬੰਦਾ ਉੱਪਰ ਸੋਤਾ ਹੈ ਔਰ ਯੇ ਵਿੰਡੋ ਸੇ ਬਾਹਰ ਕਾ ਵਿਊ ਦਿਖਾ ਦਿੱਤੇ ਆਪਕੋ, ਇਹ ਤੋਂ ਨਹੀਂ ਵਿਊ ਕੁਛ ਖਾਸ ਨਹੀਂ ਹੈ। ਯੇ ਹਮਾਰਾ ਪੂਰਾ ਹੌਜ਼ੀ ਪੌਜ਼ੀ ਇੱਕ ਹੋਸਟਲ ਹੈ, ਇਸਕਾ ਨਾਮ ਹੌਜ਼ੀ ਪੌਜ਼ੀ ਹੈ, ਬੈਕ ਪੈਕਰਸ, ਇਹ ਆਪ ਦੇਖ ਸਕਤੇ ਹੈ ਔਰ ਬਾਕੀ ਯੇ ਜਗ੍ਹਾ ਇਸਮੇਂ ਕਮ ਹੈ ਤੋ ਹਮ ਲੋਗੋ ਨੇ ਯੇ ਆਪਣੇ ਬੈਗ ਵਗੈਰਾ ਐਸੇ ਹੀ ਡਾਲ ਰੱਖੇ ਹੈ ਔਰ ਯੇ ਦੂਸਰੇ ਭਾਈ ਕਾ ਬੈਗ ਹੈ, ਯੇ ਦੋਨੋਂ ਮੇਰੇ ਬੈਗ ਹੈ, ਯੇ ਸਾਮਾਨ ਭਾਈ ਕਾ ਹੈ, ਯੇ ਵਾਲਾ ਮੇਰਾ ਹੈ ਹੈਲਮੇਟ ਔਰ ਯੇ ਬੈਗ। ਯੇ ਗੰਦਗੀ ਮਤ ਜਾਣਾ ਕਿਉਂਕਿ ਰਾਤ ਮੇਂ ਖਾਇਆ ਥਾ, ਅਭੀ ਧੁਲਨੇ ਹੈ ਔਰ ਇੱਧਰ ਨੀਚੇ ਹਮ ਲੋਗ ਆਪਣੇ ਸ਼ੂਜ਼ ਰੱਖਤੇ ਹੈ, ਯੇ ਮੇਰੇ ਸ਼ੂਜ਼ ਔਰ ਯੇ ਵੀ ਮੇਰੇ ਸ਼ੂਜ਼ ਹੈ, ਇੱਧਰ ਸ਼ੂਜ਼ ਰੱਖੇ ਹੋਏ ਹੈ ਔਰ ਯੇ ਵਾਲੀ ਚੱਪਲੇ ਦੂਸਰੇ ਭਾਈ ਕੀ ਹੈ, ਆਪਣੇ ਆਪਣੇ ਲੋਕ ਨੇ ਆਪਣੀ ਪਹਿਨ ਰੱਖੀ ਹੈ ਔਰ ਯੇ ਦੀ ਹੈ ਜੀ ਇੱਕ ਅਲਮਾਰੀ ਜਿਸਮੇਂ ਸਭ ਸਮਾਨ ਮੇਰਾ ਹੀ ਹੈ ਜੀ, ਯੇ ਇਸ ਪੇ ਜ਼ਿਆਦਾ ਧਿਆਨ ਮਤ ਦੇਣਾ ਜੀ, ਯੇ ਬਸ ਐਸੇ ਹੀ ਫੇਂਕ ਦਿੱਤੇ ਹਮ ਲੋਕ ਕਿਉਂਕਿ ਡੇਲੀ ਪਹਿਨਣੇ ਵਾਲੇ ਕੱਪੜੇ ਨਾ। ਤੋ ਔਰ ਨੀਚੇ ਵਾਲੀ ਮੈਂ ਹਮਾਰੇ ਕੁਛ ਬਰਤਨ ਵਗੈਰਾ ਹੈ ਔਰ ਕੁਛ ਸਮਾਨ ਹੈ, ਮਸਾਲੇ ਵਗੈਰਾ ਹੈ, ਯੇ ਸਭ ਮੈਂ ਜੀ ਇੰਡੀਆ ਸੇ ਲੈ ਕੇ ਆਇਆ ਥਾ, ਯੇ ਮਸਾਲੇ ਵਗੈਰਾ, ਜੀਰਾ ਵਗੈਰਾ, ਜੋ ਕੁਛ ਵੀ ਹੈ ਔਰ ਯੇ ਮੀਟ ਮਸਾਲਾ ਵਗੈਰਾ ਔਰ ਇਹ ਟ੍ਰਾਈਪੋਡ ਕਾ ਬਾਕਸ ਹੈ, ਟ੍ਰਾਈਪੋਡ ਲਿਆ ਮੈਨੇ ਔਰ ਨੀਚੇ ਵਾਲੇ ਮੈਂ ਬਰਤਨ ਵਗੈਰਾ ਜੋ ਮੈਂ ਆਪਣੀ ਇੰਡੀਆ ਸੇ ਲੈ ਕੇ ਆਇਆ ਥਾ। ਤੋ ਜੀ ਦੇਖ ਲਓ ਐਸਾ ਛੋਟਾ ਸਾ ਰੂਮ, ਬਾਕੀ ਬਾਹਰ ਕੀ ਬਾਤ ਕਰੇ ਤੋ ਸਮਾਲ ਸਾਈਜ਼ ਕਾ ਰੂਮ ਹੈ ਔਰ ਯੇ ਇੱਕ ਡਾਇਨਿੰਗ ਟੇਬਲ ਹੈ, ਯਹਾਂ ਪੇ ਸਭ ਲੋਗ ਖਾਣਾ ਖਾਤੇ ਹੈ, ਇੱਕ ਰੂਮ ਯੇ ਪਹਿਲੇ ਮੇਰਾ ਯੇ ਵਾਲਾ ਰੂਮ ਹੋਤਾ ਥਾ ਜਬ ਮੈਂ ਅਕੇਲਾ ਥਾ, ਤਬ ਮੇਰੇ ਕੋ 140 ਡਾਲਰ ਪੜਤੇ ਥੇ, ਅਬ ਹਮ ਲੋਗ ਦੋ ਲੋਗ ਹੋ ਗਏ ਇਸ ਰੂਮ ਮੇਂ ਤੋ ਹਮ ਦੋਨੋਂ ਲੋਗੋ ਕੋ 105 ਡਾਲਰ ਪੜਤੇ ਪਰ ਵੀਕ ਕੇ। ਇਸਕੋ ਕਰ ਦੇਤੇ ਹੈ ਲੋਕ ਔਰ ਯੇ ਇੱਕ ਚਿਲ ਕਰਨੇ ਕੇ ਲੀਏ ਏਰੀਆ ਹੈ, ਯਹਾਂ ਬੈਠ ਕੇ ਆਪ ਚਿਲ ਕਰ ਸਕਤੇ ਹੋ ਔਰ ਯੇ LED ਹੈ, ਯੇ ਕਿਚਨ ਏਰੀਆ, ਯੇ ਆਪਣੀ ਸਲੈਬ ਹੈ, ਪਹਿਲੇ ਮੈਂ ਰੂਮ ਨੰਬਰ 5 ਮੇਂ ਰਹਿਤਾ ਥਾ ਜਿਸੇ ਆਪਕੋ ਬਤਾਇਆ ਥਾ, ਯਹਾਂ ਪਰ ਰੂਮ ਨੰਬਰ 5 ਕਾ ਟੈਗ ਲਗਾ, ਮੇਰਾ ਸਮਾਨ ਰੱਖਾ, ਇੱਕ ਵੋ ਫਰੀਜ਼ਰ ਹੈ, ਇੱਕ ਯੇ ਫਰੀਜ਼ਰ ਹੈ, ਯੇ ਓਵਨ ਔਰ ਯੇ ਬਣਾਉਣੇ ਕੇ ਲੀਏ ਔਰ ਯੇ ਲੋਗੋ ਕੇ ਬਰਤਨ ਹੈ, ਕੋਈ ਵੀ ਯੂਜ਼ ਕਰ ਸਕਤਾ ਲੇਕਿਨ ਧੁਲਨੇ ਪੜਤੇ ਹੈ, ਧੁਲ ਕੇ ਰੱਖੋ ਆਪਣੇ। ਅਬ ਇਸਕੇ ਬਾਅਦ ਆਗੇ ਚਲਤੇ ਹੈ ਤੋ ਜੀ, ਇੱਧਰ ਵਾਸ਼ਰੂਮਸ ਹੈ, ਯੇ ਵੀ ਰੂਮ ਹੈ, ਯੇ ਵੀ ਰੂਮ ਹੈ ਅਲੱਗ ਅਲੱਗ ਔਰ ਇੱਧਰ ਸਭ ਲੋਕ ਆਪਣੇ ਸ਼ੂਜ਼ ਵਗੈਰਾ ਰੱਖਦੇ ਹੈ, ਮੈਂ ਤਾਂ ਇੱਧਰ ਰੱਖਦਾ ਨਹੀਂ ਹਾਂ ਕਿਉਂਕਿ ਆਪਣੇ ਸ਼ੂਜ਼ ਬੜੀਆ ਵਾਲੇ ਹੈ ਤਾਂ ਬਦਬੂ ਵਗੈਰਾ ਆਉਂਦੀ ਨਹੀਂ ਔਰ ਯੇ ਹੈ ਬਾਹਰ ਕਾ ਵਿਊ, ਜੈਸਾ ਵੀ ਮੇਰੇ ਕੋਲ ਬਹੁਤ ਲੋਕਾਂ ਨੇ ਕਮੈਂਟ ਕੀਤਾ ਥਾ ਕਿ ਭਾਈ ਬਾਹਰ ਕਾ ਵਿਊ ਦਿਖਾਓ, ਤੋ ਜੀ ਬੈਕ ਸਾਈਡ ਕਾ ਵਿਊ ਹੈ ਯੇ ਵਾਲਾ, ਦੇਖ ਸਕਦੇ ਮੌਸਮ ਬਹੁਤ ਪਿਆਰਾ ਹੋ ਰੱਖਾ ਹੈ, ਬਾਦਲ ਹੈ ਔਰ ਅੱਜ ਓਰੀਐਂਟੇਸ਼ਨ ਵੀ ਹੈ ਤਾਂ ਓਰੀਐਂਟੇਸ਼ਨ 'ਤੇ ਵੀ ਜਾਣਾ ਹੈ
ये एक हॉस्पिटल है, पास में मेडिकल एंड डेंटल सेंटर है। बाकी आप देख सकते हैं व्यू, ये मशीनें खड़ी हैं, कंस्ट्रक्शन वगैरह चल रही है, इधर कुछ बन रहा है, देख सकते हो आप। ये एक क्राउड बोर्ड है, ठीक है, जिसको अपने चौराहा बोलते हैं। यहाँ से चारों तरफ के जाने के लिए रास्ते, इधर भी जाते हैं, उधर भी जाते हैं, इधर भी जाते हैं। ये नीचे छोटा सा गार्डन वगैरह बना रखा है इस साइड में, ये बैक साइड है हमारी, और हम लोग इधर से ही बाहर निकल जाते हैं, इधर से रास्ता पास में, और उधर से घूम के जाने में काफ़ी टाइम लग जाता है। तो ये है सीढ़ियाँ नीचे आती हैं, और ये है हमारा फ्रंट, इधर लोग बैठ के रात को सिगरेट वगैरह पीते हैं, गोरे जो भी हैं। और ये क्रिकेट खेलने के लिए एक बैट पड़ा, इधर क्रिकेट भी खेल सकते हैं। और ये है अपना साइकिल इधर वाला, बस ये अभी इसको चला नहीं रहे हैं क्योंकि इसके लिए हम लोगों को एक तो ताले की ज़रूरत है और एक फ्रंट लाइट की, क्योंकि यहाँ पे बिना फ्रंट लाइट के चला नहीं देते, क्योंकि जब अंधेरा हो जाता है तो ज़रूरी है ये, यहाँ पे लाइट लगानी पड़ती है। और ये है गार्डन टाइप का, यहाँ पे लोग कपड़े सुखाते हैं अपने। तो ये तो आपको दिखा दिया, अब दिखा देते हैं इधर का रिसेप्शन एरिया, ये रिसेप्शन कैसा है। ये इधर रूम्स वगैरह हैं, सबके अलग अलग रूम हैं। और अगर किराए की बात करें तो मैं पे कर रहा हूँ जी $105 एक वीक के, क्योंकि हम दो लोग हैं, पहले मैं अकेला था, तो एक रूम एक बंदा 140 पे करता है एक हफ्ते की, तो काफ़ी महंगा पड़ रहा था। अब 105 हो गए तो $35 तो बच ही रहे। ये पूल लोग नहाते हैं, तो अभी रिसेप्शन नहीं खुला है क्योंकि मेरे को आज पैसे देने थे, मेरा दूसरा वीक भी ख़त्म हो गया है, तो मेरे को पैसे देने, दूसरा वीक स्टार्ट हुआ है, ख़त्म नहीं हुआ है। तो ये है एरिया रिसेप्शन का, इधर खेल खूल सकते हैं, घूम सकते हैं, मज़े ले सकते हैं। ये पूल, चिल करो, नहाओ धो जो करना है, सिगरेट पीनी तो इधर पियो, दारू पीनी तो इधर पियो, सब मज़े इधर। ये वाला घर है हम लोगों का, जिसमें हम लोग इंटरनेशनल स्टूडेंट रहते हैं, और ये है गोरों के लिए, इधर गोरे रहते हैं। तो एक बार आपको बाहर चल के दिखा देते हैं, ये बिन्स वगैरह हैं, गंदगी फेंकनी इसमें घर को, तो सब पे टैग लगा रखे हैं कौन कौन सी इसमें फेंकनी है। ये गाड़ी है किसी भाई की, उनके पास तो अभी साइकिल है, तो साइकिल से ही जाते हैं जिधर भी जाना होता है ज़्यादातर, वो भी दिन दिन में, वो भी वहीं जाते हैं जहाँ पे पता है अभी साइकिल नहीं चोरी होनी है, क्योंकि अभी ताला नहीं ना अपने पास। वही ये है वो राउंड बोर्ड, और ऊपर से हमारा वाहन दिखता है, ये देख सकते हैं, वो नीचे रास्ता जा रहा है, इससे ज़्यादा जूम नहीं होता जी फोन में। यहाँ पे बस की सर्विस इतनी अच्छी नहीं है पोर्ट मैकवारी में, और आपको अपना व्हीकल होना ही ज़्यादा फायदेमंद है। देखो बस आई है, वो भी एक एक घंटे बाद आती है, और यूनि वगैरह जाना है तो उसके लिए बहुत दिक्कतें आती है। तो आप देख सकते हैं ऐसा मौसम है आज, बहुत बढ़िया मौसम हो रखा है। ये बैक साइड है हमारे घर की, तो ये रास्ते के पास ही पड़ती है इधर से, तो हम लोग इधर से ही ऊपर चढ़ जाते हैं, जो कि मैंने आपको दिखाया था पहले। ये है जी सीढ़ी, चढ़ जाओ ऊपर, पहुंच जाओ रूम में, तभी इधर जूते वगैरह उतार के रखते हैं सब लोग। लॉक लगा दिया था कि पंगे ना ले, क्योंकि सामान बहुत कीमती होता है, पासपोर्ट वगैरह अपना।
ये होप करते हैं वीडियो आपको पसंद आई होगी, और जो जो आपके क्वेरीज थी रूम के रिगार्डिंग, रूम टूर के रिगार्डिंग, वो क्लियर हुई होंगी। और बहुत सारे मेरे भाइयों ने पूछा था कि रूम का रेंट वगैरह कितना है, तो मैंने पहले बता दिया कि $105 मेरे को पड़ते हैं एक वीक के। ये एक हॉस्टल है, अगर आप घर लेते हो तो आपको सस्ता भी पड़ सकता है, और लेकिन उसके बारे में एक प्रॉपर अलग वीडियो बनाऊंगा और पूरा क्लियर करूंगा आपको कि कैसे घर लिया जाता है, क्या क्या प्रोसेस होती है। तो चलो जी, वीडियो करते हैं एंड, और मिलते हैं नई वीडियो में। बाय बाय।